जो उंगल खड़ी होंगी वो सारे पहुँचते हैं। तो एक टीम भी यही सी, मैं बहुत मैच खेडे उन्होंने, तो वह बंद ने मैंने फोन भी नहीं किया। तो मैंने फोन आ जाने भी तू की लैना खेड के छड पर आए हुई जो भी मैं जो भी जे मेरी परमात्मा ने मेरी किस्मत ग्राउंड के मौत लिखी है ना, जो मेरी किस्मत के ग्राउंड च ही आनी आ। मनी सी जैक तौल मुंडा, वह बंद जी जान मेरे हत्थों के निकली हुई आ। उदों का दिल इन्ना क करड़ा कर लिया भी जो हों देखी जो जी यार दोस्त। ऑपरेशन तो बाद थोड़ी रह गए, ऑपरेशन तो पहले तो बहुत सी। सत श्रीकाल जी दोस्तों, अज जिस खिडारी ना मिलाउन लगे हैं वह खिडारी बड़ा ही दिलचस्प है। बड़िया सट्टा झलिया, बड़े उच्चे नीवे राह देखे है, पर फिर भी नहीं घबरा चोटी के खिडारियों के जिदा ना बोलता सी। अज भी वो तैयार है खुत्ती पाउण दे लई, जिवें के एस मखड़ कहिंदा हुंदा जट फिर आ तैयार खुत्ती पाउण नूं, फिर तैयार है। इन्ने माड़े दिन देखे, इन्ने माड़े समय देखे है, तुसीं बथेरे प्लेयर देखे होणगे जिन्हां ने खेडदे खेडदे अपनियां गिट्टे तड़ाले लत्तां तड़ालियां, पर यह प्लेयर इदां दा जिन्हें अपनी किडनी का नुकसान ही करा लिया। मैं गल कर रहा पप्पू की। पप्पू नाल अज गलबात करांगे की कहानी रही है, की उहदा जिंदगी दा ਤਜਰਬਾ ਕਹਿੰਦਾ ਐਕਸਪੀਰੀਅੰਸ ਕਹਿੰਦਾ। ਪੱਪੂ ਕੀ ਹਾਲ? ਵਧੀਆ ਬਾਈ ਜੀ, ਤੁਸੀਂ ਸੁਣਾਓ ਆਪਣੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਪਹਿਲਾਂ ਸਾਰੇ ਮੇਰੇ ਵੱਲੋਂ। ਅਤੇ ਹੋਰ ਬਸ ਠੀਕ ਹੈ, ਚੜ੍ਹਦੀ ਕਲਾ ਬਾਬੇ ਦੀ ਕਿਰਪਾ ਜੀ, ਵਧੀਆ ਟਾਈਮ ਲੰਘ ਰਿਹਾ ਹਜੇ ਤੱਕ। ਹਾਂਜੀ, ਜ਼ਿੰਦਗੀ ਕਿਵੇਂ ਆ? ਜ਼ਿੰਦਗੀ ਵਧੀਆ, ਖੂਬਸੂਰਤ ਨਜ਼ਾਰੇ ਲੈਂਦੇ ਹਾਂ। ਅਤੇ ਇਨਸਾਨ ਦਾ ਸਰੀਰ ਆ ਜੀ, ਕਿਹੜਾ ਵਾਰੀ ਵਾਰੀ ਮਿਲਣਾ ਆਪਾਂ ਨੂੰ, ਠੀਕ ਆ। ਬੋਲ ਆਪਾਂ ਸਕਦੇ ਹਾਂ, ਇੰਨਾ ਲਿਖ ਪੜ੍ਹ ਆਪਾਂ ਸਕਦੇ ਹਾਂ, ਕੁਛ ਵੀ ਕਰ ਸਕਦੇ ਆਪਾਂ, ਰੱਬ ਨੇ ਹੱਥ ਪੈਰ ਦਿੱਤੇ ਆ। ਅਤੇ ਬਾਕੀ ਹੌਸਲਾ ਜੀ, ਵਾਹਿਗੁਰੂ। ਪੱਪੂ ਬਾਈ, ਜਦੋਂ ਸੱਟ ਲੱਗਦੀ ਆ ਤੁਹਾਡੇ, ਹੈ ਨਾ, ਇਹ ਬਥੇਰੇ ਪਲੇਅਰ ਆ ਜਿਨ੍ਹਾਂ ਦਾ ਕੋਈ ਗੋਡਾ ਟੁੱਟਦਾ ਜਾਂ ਗਿੱਟਾ ਟੁੱਟ ਜਾਂਦਾ, ਤੁਹਾਡੇ ਕਿਡਨੀ ਨੂੰ ਹੀ ਨੁਕਸਾਨ ਪਹੁੰਚ ਜਾਂਦਾ, ਆਪਰੇਸ਼ਨ ਕਰਨਾ ਪੈਂਦਾ, ਇਹ ਕੀ ਕਹਾਣੀ ਬਣਦੀ ਆ? ਕੋਈ ਨਹੀਂ ਕਹਾਣੀ ਵੀਰੇ, ਹੁਣ ਕਈ ਤਾਂ ਜਦੋਂ ਮੈਂ ਬਿਮਾਰ ਸੀਗਾ, ਹੈ ਨਾ, ਵੀ ਤੁਹਾਡੇ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਕਹੀ ਸੀ ਗੱਲ ਵੀ ਨਸ਼ੇ ਪੱਤੇ ਵਾਲੀ, ਹੈ ਨਾ, ਅਤੇ ਕਈ ਲੋਕਾਂ ਨੇ ਮੈਨੂੰ ਗੁੱਸਾ ਵੀ ਕੀਤਾ, ਹੈ ਨਾ, ਫੋਨ ਵੇ ਤੋਂ ਐਂ ਕਾਹਤੋਂ ਬੋਲਿਆ। ਅਤੇ ਇੱਕ ਗੱਲ ਮੈਂ ਕਲੀਅਰ ਕਰਨਾ ਚਾਹੁੰਦਾ ਤੁਹਾਡੇ ਕੈਮਰੇ ਮਾਧਿਅਮ ਰਾਹੀਂ, ਕਿ ਬਈ ਇਹੋ ਜਿਹੀ ਕੋਈ ਗੱਲ ਦਿੱਕਤ ਨਹੀਂ ਸੀ, ਕੋਈ ਕੈਮਰੇ ਦੀ ਕਹਿ ਲਓ, ਸੋਰੀ, ਕੋਈ ਸਟੀਰੋਇਡ ਦੀ ਕਹਿ ਲਓ, ਠੀਕ ਹੈ, ਕੋਈ ਨਸ਼ੇ ਪੱਤੇ ਦੀ ਕਹਿ ਲਓ, ਇਹ ਜੋ ਮੇਰੀ ਦਿੱਕਤ ਸੀ ਇਹ ਬਚਪਨ ਤੋਂ ਸੀਗੀ, ਜਿਹੜੀ ਮੈਨੂੰ ਕਿਡਨੀ ਨੂੰ ਸੀਗੀ ਇਹ ਮੇਰੇ ਬਚਪਨ ਤੋਂ ਸੀਗੀ। ਕਿਉਂਕਿ ਬਚਪਨ ਦੇ ਵਿੱਚ ਪਹਿਲਾਂ ਜਵਾਨੀ ਇਹੋ ਜਿਹੀ ਹੁੰਦੀ ਸੀਗੀ, ਰਾਪਰਾ ਜਨਮ ਹੋਇਆ 92-93 ਵਿੱਚ, ਨਹੀਂ ਮੈਡੀਕਲ ਸੁਵਿਧਾ ਸੀਗੀ ਉਦੋਂ ਇੰਨੀ, ਅਤੇ ਮੇਰੇ ਬਚਪਨ ਦੇ ਵਿੱਚ ਮੇਰੀ ਕਿਡਨੀ ਦੇ ਵਿੱਚ ਪਾਣੀ ਦੀਆਂ ਥੈਲੀਆਂ ਸੀਗੀਆਂ। ਅਤੇ ਜਦੋਂ ਮੈਂ 2015-16 'ਚ ਬਾਹਰ ਖੇਡਣ ਗਿਆ ਲਵਲਾਨ 'ਚ, ਉੱਥੇ ਪਾਣੀ ਪੂਣੀ ਚੇਂਜ ਹੋਣ ਕਰਕੇ ਮੇਰਾ ਦਰਦ ਹੋਣ ਲੱਗ ਗਿਆ, ਅਤੇ ਉੱਥੇ ਮੈਡੀਮੈਡੀਸਨ ਲਈ, ਡਾਕਟਰ ਨੇ ਟੀਕੇ ਲਾਏ, ਕਹਿੰਦੇ ਵੈਸੇ ਹੁੰਦਾ ਉਹ ਕੋਈ। ਅਤੇ ਜਦੋਂ ਮੈਂ ਇੱਥੇ ਵਾਪਸ ਆਇਆ, ਇੱਥੇ ਜ਼ਿਆਦਾ ਹੋਣ ਲੱਗ ਗਿਆ, ਫਿਰ ਅਸੀਂ ਲੁਧਿਆਣੇ DMC 'ਚ ਦਿਖਾਇਆ ਸੀਗਾ ਡਾਕਟਰ, ਔਲਖ ਸੀਗਾ ਕੋਈ ਉੱਥੇ, ਮੈਂ ਨਾ ਭੁੱਲ ਗਿਆ ਤਾ। ਅਤੇ ਜਦੋਂ ਚੈੱਕਅਪ ਕੀਤਾ ਉਹ ਕਹਿੰਦੇ ਵੀ ਦਿੱਕਤ ਹੈਗੀ, ਕਹਿੰਦੇ ਜਿੰਨਾ ਟਾਈਮ ਚੱਲਦੀ ਤੁਹਾਡੀ ਚਲਾਓ, ਅਤੇ ਕਹਿੰਦੇ ਇੱਕ ਨਾ ਇੱਕ ਦਿਨ ਤਾਂ ਆਪਰੇਸ਼ਨ ਹੋ ਕੇ ਕਢਾਉਣੀ ਪੈਣੀ ਹੈ, ਭਾਵੇਂ ਅੱਜ ਕਢਾ ਦਿਓ ਭਾਵੇਂ 10 ਸਾਲਾਂ ਬਾਅਦ ਕਢਾ ਲਿਓ। ਅਤੇ ਉਹ ਗੱਲ ਨੂੰ ਤਕਰੀਬਨ 6-7 ਸਾਲ ਹੋ ਗਏ ਸੀਗੇ, ਬੀਤ ਚੁੱਕੇ ਸੀ, 6 ਸਾਲ ਬੀਤ ਚੁੱਕੇ ਸੀਗੇ। ਅਤੇ ਫਿਰ ਆਪਰੇਸ਼ਨ ਹੀ ਕਰਾਉਣਾ ਪਿਆ ਆਪਾਂ ਨੂੰ, ਮੈਚ 'ਤੇ ਦਿੱਕਤ ਆ ਗਈ, ਕੁਛ ਪਹਿਲਾਂ ਇਨਫੈਕਸ਼ਨ ਹੋ ਗਈ ਪੇਟ ਅੰਦਰ, ਅਤੇ ਉਹਦੇ ਨਾਲ ਫਿਰ ਕਿਡਨੀ ਬਲੌਕ ਹੋ ਗਈ ਸੀਗੀ ਆਪਣੀ। ਹਾਂ, ਫਿਰ ਕਿਡਨੀ, ਹੈ ਨਾ, ਐਡੀ ਸੱਟ ਝੱਲ ਕੇ ਫਿਰ ਕਬੱਡੀ ਵੱਲ ਆਏ, ਕੀ ਤਜਰਬਾ ਕਹਿੰਦਾ ਹੁਣ ਤੱਕ ਦਾ? ਤਜਰਬਾ ਇਹੀ ਕਹਿੰਦਾ ਜੀ, ਵਾਹਿਗੁਰੂ ਦੀ ਕਿਰਪਾ, ਨਸ਼ੇ ਪੱਤੇ ਤੋਂ ਬਚੇ ਹਾਂ ਜੀ, ਆਪਦਾ ਮਿਹਨਤ 'ਤੇ ਵਿਸ਼ਵਾਸ ਆ, ਕਿਸੇ ਦਾ ਮਾੜਾ ਨਹੀਂ ਕੀਤਾ ਕੁਛ, ਹੈ ਨਾ, ਅਤੇ ਲੋਕਾਂ ਨੇ ਪਿਆਰ ਕੀਤਾ ਆਪਾਂ ਨੂੰ, ਲੋਕਾਂ ਨੇ ਬਚਾਇਆ, ਦੁਬਾਰੇ ਜ਼ਿੰਦਗੀ ਦਿੱਤੀ ਆ, ਤੁਹਾਡੀਆਂ ਸਾਰੀਆਂ ਦੁਆਵਾਂ ਕਰਕੇ ਹੀ ਤਾਂ ਫਿਰ ਹੀ ਵਾਪਸ ਆਇਆ ਗਰਾਊਂਡਾਂ ਦੇ ਵਿੱਚ। ਹੁਣ ਵੀ ਮੈਨੂੰ ਫੋਨ ਆ ਜਾਂਦੇ ਨੇ ਵੀ ਤੂੰ ਕੀ ਲੈਣਾ ਖੇਡ ਕੇ ਛੱਡ ਪਰ ਆਏ ਹੋਈ, ਜੋ ਵੀ ਮੈਂ ਜੋ ਵੀ ਜੇ ਮੇਰੀ ਪਰਮਾਤਮਾ ਨੇ ਮੇਰੀ ਕਿਸਮਤ ਗਰਾਊਂਡ ਦੇ ਵਿੱਚ ਮੌਤ ਲਿਖੀ ਹੈ ਨਾ, ਜੇ ਮੇਰੀ ਕਿਸਮਤ ਦੇ ਵਿੱਚ ਤਾਂ ਗਰਾਊਂਡ 'ਚ ਹੀ ਆਉਣੀ ਆ ਉਹ। ਮੈਨੂੰ ਆਇਆ ਵੀ ਫਿਰ ਕਿ ਦਿਲ 'ਚ ਨਾ ਰਹਿ ਜੇ, ਵਹਿਮ ਨਾ ਰਹਿ ਜੇ, ਹੈ ਨਾ, ਵੀ ਆਪਾਂ ਚਲੋ ਖੇਡੇ ਨੇ, ਕੁਛ ਓਪਨ ਹੋਇਆ ਨੀਗਾ, ਅਤੇ ਤਾਂ ਕਰਕੇ ਖੇਡਣ ਲੱਗਿਆ ਬਾਈ। ਹਾਂ, ਡਾਕਟਰ ਦੀ ਸਲਾਹ ਲੈ ਕੇ ਨੇ, ਕੋਈ ਚੱਕਰ ਨਹੀਂ, ਖੇਡ ਲਓ, ਹੈ ਨਾ, ਤੁਹਾਡੇ ਤਾਂ ਬਚਪਨ 'ਤੇ ਸੀਗੀ ਦਿੱਕਤ ਇਹ। ਅਤੇ ਬਾਕੀ ਵੇਖੋ ਅੱਗੇ ਮਹਾਰਾਜ ਨੂੰ ਜੋ ਮਨਜ਼ੂਰ ਹੋਇਆ, ਜੋ ਕਿਸਮਤ ਵਿੱਚ ਲਿਖਿਆ ਹੋਇਆ ਉਹੀ ਮਿਲਣਾ ਜੀ। ਪੱਪੂ ਬਾਈ, ਇੱਕ ਗੱਲ ਹੋਰ ਕਰਾਂਗੇ, ਸਰੀਰ ਤੁਹਾਡਾ ਭਲਵਾਨਾ ਵਰਗਾ ਖੇਡਦੇ ਕਬੱਡੀਆਂ, ਇਹ ਕੀ ਰਾਜ ਆ? ਕਿਉਂਕਿ ਜਿਹੜਾ ਸਰੀਰ ਆ ਉਹ ਭਲਵਾਨੀ ਸਰੀਰ ਆ, ਮੱਥੇ 'ਤੇ ਜੁੱਸਾ ਭਲਵਾਨਾ ਵਾਲਾ, ਕੱਦ ਕਾਠ ਭਲਵਾਨਾ ਵਾਲਾ, ਅਤੇ ਕਬੱਡੀ ਵੇਲਾ ਕਿਵੇਂ ਚੱਲ ਗਏ ਤੁਸੀਂ? ਕਬੱਡੀ ਵੀ ਹੁਣ ਵੀ ਭਲਵਾਨਾਂ ਤੋਂ ਕਿਹੜਾ ਘੱਟ ਆ ਇਹ ਗੇਮ, ਹੈ ਨਾ, ਮੋਹ ਪਿਆਰ ਆਪਣਾ ਕਬੱਡੀ ਨੂੰ ਸ਼ੌਂਕ ਬਾਹਲਾ, ਸ਼ੁਰੂ ਤੋਂ ਹੀ ਬਾਹਲਾ, ਬਚਪਨ ਤੋਂ ਬਹੁਤ ਸ਼ੌਂਕ ਸਰੀਰ ਬਣਾਉਣ ਦਾ, ਖੁਰਾਕ ਆਉਣ ਦਾ, ਹੈ ਨਾ। ਅਤੇ ਕਬੱਡੀ ਕੀ ਕਹਿ ਸਕਦੇ ਆਪਣੇ ਭਲਵਾਨੀ ਨਾਲ ਘੱਟ ਨਹੀਂ ਅੱਜ ਕੱਲ੍ਹ, ਠੀਕ ਆ। ਨਾ ਜੀ, ਨਾ ਉਹ ਨਹੀਂ ਲਿਆ, ਉਹ ਲੋੜ ਨਹੀਂ ਪਈ ਲੈਣ ਦੀ, ਨਹੀਂ ਆਪਾਂ ਨੂੰ ਘੁੱਲ ਆਉਂਦਾ ਸੀ ਇੰਨਾ, ਚਲੋ ਠੀਕ ਆ, ਆਪਣੇ ਸ਼ੁਕਰ ਮੇਲਾ ਕਰ ਲਈਦਾ ਗਰਾਊਂਡ ਦੇ ਵਿੱਚ, ਹੈ ਨਾ, ਘੁੱਲ ਲਈਦਾ 5-10 ਮਿੰਟ,
ਤੇ ਉਦਾਂ ਨਹੀਂ ਬਈ ਲੈ ਪੰਗਾ ਜਿਵੇਂ ਆਪਣੇ ਪਿੰਡ ਦੇ ਹਨਾ ਭਲਵਾਨ ਬਹੁਤ ਤਕੜੇ ਰਹੇ ਆ ਹਨਾ ਸੰਤਾ ਸਿੰਘ ਜੀ ਭਲਵਾਨ ਤੁਸੀਂ ਨਹੀਂ ਕਰੇ ਸੋਚਿਆ ਬਈ ਆਪਾਂ ਵੀ ਯਾਰ ਭਲਵਾਨ ਬਣ ਜਾਣਾ ਹੈ ਲੋਕੀ ਚੱਕ ਚੱਕ ਕੇ ਫਿਰ ਸਾਨੂੰ ਮਾਰਦੇ ਆ ਜੋ ਵੀ ਅਸੀਂ ਅੱਜ ਗਰਾਊਂਡਾਂ ਦੇ ਵਿੱਚ ਸਾਡੇ ਪਿੰਡ ਜੋ ਵੀ ਬੱਚਾ ਕੋਈ ਵੀ ਬਜ਼ੁਰਗ ਹਨਾ ਜੋ ਗੇਮ ਖੇਡਣ ਨਾਲ ਜੁੜਿਆ ਹੋਇਆ ਸਾਡੇ ਦੋ ਬੰਦਾ ਕਰਕੇ ਜੁੜਿਆ ਹੋਇਆ ਪਿੰਡ 'ਚ ਇੱਕ ਸੰਤਾ ਸਿੰਘ ਜੀ ਪਹਿਲਵਾਨ ਅਤੇ ਇੱਕ ਰਾਜਪਾਲ ਸਿੰਘ ਵਾਲੀਬਾਲ ਸਮੈਸ਼ਿੰਗ ਦੇ ਬਹੁਤ ਤਕੜੇ ਪਲੇਅਰ ਰਹੇ ਆ ਉਹਨਾਂ ਦੋਵਾਂ ਕਰਕੇ ਜੁੜਿਆ ਹੋਇਆ ਕਿਉਂਕਿ ਸ਼ੁਰੂ ਤੋਂ ਨਾਂ ਸੁਣਦੇ ਵੀ ਸੰਤਾ ਸਿੰਘ ਨੇ ਗੁਰਜ ਜਿੱਤੀ ਫਲਾਨੇ ਭਲਵਾਨ ਨੂੰ ਹੋਰਾਇਆ ਹਨਾ ਅਤੇ ਦਾਰਾ ਸਿੰਘ ਘੁਲਿਆਣੀ ਉਹਦੇ ਨਾਲ ਅਤੇ ਉਹ ਬਸ ਹੁਣ ਬੈਰਤੀ ਪਈ ਹੋਈ ਸਾਰੇ ਪਿੰਡ ਨੂੰ ਬਸ ਤਾਂ ਕਰਕੇ ਗਰਾਊਂਡ ਨਾਲ ਜੁੜੇ ਹੋਏ ਆ ਹਾਂਜੀ ਪੱਪੂ ਗੁੱਸਾ ਪੱਪੂ ਨੂੰ ਕਿਹੜੀ ਗੱਲ ਤੋਂ ਆਉਂਦਾ ਕਿਉਂਕਿ ਮੈਂ ਸੁਣਿਆ ਕਹਿੰਦੇ ਵੀ ਪੱਪੂ ਗੁੱਸਾ ਬਾਹਲੀ ਛੇਤੀ ਕਰ ਜਾਂਦਾ ਪੱਪੂ ਨੂੰ ਗੁੱਸਾ ਕਿਹੜੀ ਗੱਲ ਤੋਂ ਆਉਂਦਾ ਗੁੱਸਾ ਬਈ ਆਉਂਦਾ ਸੱਚੀਆਂ ਗੱਲਾਂ ਤੋਂ ਜਾਂ ਜਿਹੜਾ ਬੰਦਾ ਝੂਠ ਬੋਲਦੇ ਹਾਂ ਜਿਵੇਂ ਗਰਾਊਂਡ 'ਚ ਫਿਰਦੇ ਆਪਾਂ ਕਿ ਆਪਾਂ ਨੂੰ ਟੱਚ ਨਹੀਂ ਹੈਗਾ ਜਾਂ ਕੋਈ ਉਹੋ ਜਿਹੀਆਂ ਗੱਲਾਂ 'ਤੇ ਜਾਂ ਜਿਹੜਾ ਬੰਦਾ ਫੁੱਦੂ ਬਣਾਉਂਦਾ ਹੈ ਨਾ ਜਵਾਨ ਤੋਂ ਮੁੱਕਰ ਜੇ ਕਹਿ ਕੇ ਜੇ ਮੈਂ ਤੈਨੂੰ ਕਹਿ ਤਾ ਵੀ ਟਾਈਮ ਸਿਰ ਆਉਣਾ ਹੈ ਨਾ ਤੂੰ ਆਵੇਂ ਨਾ ਜਾਂ ਜਿਹੜਾ ਪਿੱਠ ਪਿੱਛੇ ਗੱਲ ਕਰਦਾ ਬੰਦਾ ਉਹੋ ਬੰਦੇ 'ਤੇ ਗੁੱਸਾ ਆਉਂਦਾ ਬਈ ਸੱਚੀਆਂ ਗੱਲਾਂ 'ਤੇ ਗੁੱਸਾ ਆਉਂਦਾ ਯਾਰ ਐਂ ਨਹੀਂ ਹੈਗਾ ਠੀਕ ਆ ਨਾ ਆਪਾਂ ਨੂੰ ਕਦੇ ਝੂਠ ਮਾਰਿਆ ਅਤੇ ਨਾ ਹੀ ਕਦੇ ਆਪਾਂ ਨੂੰ ਸਾਨੂੰ ਦੀ ਆਦਤ ਆ ਉਹ ਗੱਲਾਂ 'ਤੇ ਆਉਂਦਾ ਕਿ ਯਾਰ ਦੋਸਤ ਕਿੰਨੇ ਕਾ ਯਾਰ ਦੋਸਤ ਆਪਰੇਸ਼ਨ ਤੋਂ ਬਾਅਦ ਤਾਂ ਥੋੜ੍ਹੀ ਰਹਿ ਗਏ ਆਪਰੇਸ਼ਨ ਤੋਂ ਪਹਿਲਾਂ ਤਾਂ ਬਹੁਤ ਸੀਗੇ ਹਾਂਜੀ ਥੋੜ੍ਹੇ ਕਦ ਰਹਿ ਗਏ ਥੋੜ੍ਹੇ ਤੁਹਾਨੂੰ ਪਤਾ ਹੀ ਹੁਣ ਆਪਰੇਸ਼ਨ ਤੋਂ ਬਾਅਦ ਕਿੰਨੇ ਕੁ ਨਾਲ ਖੜ੍ਹਦੇ ਆਪਣੇ ਨਹੀਂ ਖੜ੍ਹੇ ਬਹੁਤ ਆ ਇਹ ਨਹੀਂ ਹੈਗਾ ਵੀ ਖੜ੍ਹੇ ਨਹੀਂ ਖੜ੍ਹਾ ਸਾਰਾ ਪੰਜਾਬ ਖੜ੍ਹਿਆ ਆਪਣੇ ਨਾਲ ਜਿੰਨੇ ਕੁ ਲੋਕ ਜਾਣਦੇ ਸੀਗੇ ਹੈ ਨਾ ਜਿਹੜੇ ਨਹੀਂ ਜਾਣਦੇ ਸੀਗੇ ਉਹ ਵੀ ਖੜ੍ਹੇ ਉਹਨਾਂ ਨੇ ਵੀ ਸਹਾਇਤਾ ਕੀਤੀ ਆ ਬਈ ਪਰ ਜਿਹੜੇ ਆਪਾਂ ਜਿਨ੍ਹਾਂ ਨੂੰ ਕਹਿ ਦਈਏ ਯਾਰ ਉਹੀ ਕਹਾਵਤ ਆ ਜਾਂਦੇ ਹਰੇਕ ਬੰਦਾ ਇੰਟਰਵਿਊ 'ਚ ਇਹੀ ਕਹਿੰਦਾ ਨਾ ਵੀ ਜਦੋਂ ਬੰਦੇ ਦੇ ਚਾਰ ਪੁਆਇੰਟ ਲੈਂਦਾ ਹੈ ਨਾ ਉਦੋਂ ਹੀ ਹੁੰਦਾ ਜਦੋਂ ਉਂਗਲ ਖੜ੍ਹੀ ਉਦੋਂ ਦਾ ਦਿਲ ਇੰਨਾ ਕੁ ਕਰੜਾ ਕਰ ਲਿਆ ਵੀ ਜੋ ਹੁੰਦਾ ਟੀਮ ਵੀ ਇਹ ਹੋਈ ਸੀਗੀ ਮੈਂ ਬਹੁਤ ਮੈਚ ਖੇਡੇ ਉਹਨਾਂ ਨਾਲ ਹਾਂਜੀ ਅਤੇ ਉਹ ਬੰਦੇ ਨੇ ਫੋਨ ਵੀ ਨਹੀਂ ਕੀਤਾ ਦੱਸੋ ਇਹ ਕਹਾਣੀ ਹੁੰਦੀ ਬਈ ਸਾਰੀ ਅਤੇ ਯਾਰ ਦੋਸਤ ਹੁਣ ਤਾਂ ਮੈਂ ਕਹਿ ਰਿਹਾ ਬਈ ਜਿੰਨੇ ਬੰਦੇ ਆ ਗਰਾਊਂਡ 'ਚ ਫਿਰਦੇ ਆਪਣੇ ਇਹ ਜਾਂ ਆਪਣੇ ਮੁੰਡੇ ਉੱਧਰ ਹੁੰਦੇ ਹੈ ਨਾ ਅਤੇ ਬਾਕੀ ਕੋਈ ਜ਼ਿਆਦਾ ਨਹੀਂ ਰੱਖੇ ਹੈਗੇ ਹੁਣ ਘਟਾ ਤਾ ਬਹੁਤ ਮੈਂ ਬਹੁਤ ਜ਼ਿਆਦਾ ਘਟਾ ਤਾ ਕਿਉਂਕਿ ਯਾਰੀ ਵੀ ਅੱਜ ਤੱਕ ਅੱਜ ਕੱਲ੍ਹ ਮਤਲਬ ਤੱਕ ਹੀ ਆ ਬਈ ਜੇ ਤੁਹਾਡੇ 'ਚ ਕੋਈ ਗਾਉਣ ਹੈਗਾ ਠੀਕ ਉਨਾ ਕੁ ਟਾਈਮ ਹੀ ਜਾਰੀ ਆ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਪੁੱਛਦਾ ਹਾਂ ਤੈਨੂੰ ਸਹੀ ਦੱਸਾਂ ਹਾਂਜੀ ਹੋਰ ਤੁਸੀਂ ਯਾਰੀ ਨੇੜੇ ਤੋਂ ਦੇਖੀ ਹੈ ਕੀ ਲੱਗਦਾ ਕਿੱਦਾਂ ਦੀਆਂ ਯਾਰੀਆਂ ਰਹਿ ਗਈਆਂ ਹੁਣ ਯਾਰੀਆਂ ਬਈ ਸਹੀ ਵੀ ਬਹੁਤ ਪਈਆਂ ਹਜੇ ਤੱਕ ਜਿਹਨੇ ਯਾਰੀਆਂ ਨਿਭਾਉਣੀਆਂ ਹੁਣ ਉਹ ਨਿਭਾ ਵੀ ਜਾਂਦੇ ਆ ਅਤੇ ਹੁਣ ਜਿਹੜੇ ਹੋ ਵੀ ਮਤਲਬ ਵੀ ਬੰਦੇ ਉਹ ਤਾਂ ਫਿਰ ਬਈ ਯਾਰੀਆਂ ਵੀ ਉਹ ਉੱਤੋਂ ਭਰਾ ਕਹਿਣ ਵਾਲੇ ਇੱਕ ਟਰੈਂਡ ਚੱਲੇ ਨਾ ਅੱਜ ਕੱਲ੍ਹ ਭਰਾ ਹੈ ਨਾ ਉਹ ਫਿਰ ਉਹ ਭਰਾ ਪਹਿਲੇ ਫੋਟੋ ਵਾਲੇ ਜਾਂ ਸਟੇਟਸਾਂ ਵਾਲੇ ਭਰਾ ਹੁੰਦੇ ਆ ਉਹ ਉਵੇਂ ਨਹੀਂ ਕੋਈ ਹੁੰਦੇ ਹਰੇਕ ਨੂੰ ਭਰਾ ਨਹੀਂ ਬਣਾ ਸਕਦੇ ਆਪਾਂ ਕੋਈ ਨੇੜੇ ਦਾ ਬੰਦੇ ਹੁੰਦਾ ਹੈ ਨਾ ਜਿਹਨੂੰ ਕਹਿ ਭਰਾ ਕਹਿ ਸਕਦੇ ਆਪਾਂ ਹੋਰ ਨਹੀਂ ਕੋਈ ਪੱਪੂ ਰੱਬ ਬਾਰੇ ਕੀ ਸੋਚਦਾ ਇਹ ਗੱਲ ਵੀ ਲੋਕਾਂ ਲਈ ਇੱਕ ਗੁੰਝਲ ਜੀ ਹੈ ਰੱਬ ਬਾਰੇ ਕੀ ਸੋਚਦਾ ਪੱਪੂ ਰੱਬ ਬਾਰੇ ਤਾਂ ਮੈਂ ਸਹੀ ਦੱਸਣਾ ਕੁਛ ਨਹੀਂ ਸੋਚਦਾ ਠੀਕ ਹੈ ਹੁਣ ਸਾਰੀ ਉਮਰ ਆਪਣੇ ਨਾਲ ਰੱਬ ਹੀ ਥੋੜ੍ਹਾ ਰਹੂਗਾ ਠੀਕ ਹੈ ਨਾ ਜੋ ਕਿਰਤਾ ਜਨਮ ਦੇ ਤਾ ਵਾਹਿਗੁਰੂ ਨੇ ਠੀਕ ਆ ਗਾਂਹ ਤਾਂ ਆਪ ਹੀ ਕਰਨੀ ਆਪਾਂ ਹਜੇ ਵੀ ਕਹਿ ਦਈਏ ਆਪਾਂ ਵੀ ਵਾਹਿਗੁਰੂ ਨੇ ਵੀ ਲੇਖ ਨਹੀਂ ਲਿਖੇ ਕਰਮਾਂ ਦੇ ਵਿੱਚ ਹੈ ਨਾ ਕਰਮਾਂ 'ਚ ਮੇਰੇ ਚਲੋ ਓਪਰੇਸ਼ਨ ਹੋਇਆ ਵਾਹਿਗੁਰੂ ਨੇ ਲਿਖਿਆ ਵਾਹਿਗੁਰੂ ਨੇ ਕੀ ਲਿਖਿਆ ਬਈ ਯਾਰ ਠੀਕ ਹੈ ਜਿਹੜੇ ਬੰਦੇ ਨੇ ਆਪਣਾ ਇੱਕ ਵਾਰੀ ਜਨਮ ਹੀ ਦੇਤਾ ਅਤੇ ਫਿਰ ਆਪਾਂ ਨੂੰ ਹੱਥ ਪੈਰ ਦੇ ਤੇ ਬੋਲਣ ਦੀ ਸ਼ਕਤੀ ਆਪਾਂ ਨੂੰ ਦੇਤੀ ਸੋਚਣ ਦੀ ਦੇਖਣ ਦੀ ਸਾਰਾ ਕੁਝ ਦੇਤਾ ਆਪਾਂ ਨੂੰ ਆਪਣੇ ਸਰੀਰ ਦੇ ਵਿੱਚ ਜੇ ਹਜੇ ਵੀ ਆਪਾਂ ਵਾਹਿਗੁਰੂ 'ਤੇ ਕਹੋਗੇ ਵਾਹਿਗੁਰੂ ਕਰੂਗਾ ਵਾਹਿਗੁਰੂ ਕਰੂਗਾ ਇਸ ਤੋਂ ਵੱਧ ਵਾਹਿਗੁਰੂ ਮੇਰੇ ਸਾਨੂੰ ਕੁਛ ਨਹੀਂ ਕਰ ਸਕਦਾ ਹਾਂ ਪਾਠ ਕਰੋ ਆਪਦਾ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾਓ ਸੇਵਾ ਕਰੋ ਬਸ ਵਾਹਿਗੁਰੂ ਨੇ ਤਾਂ ਇਹੀ ਕਿਹਾ ਵੀ ਕਿਸੇ ਦਾ ਮਾੜਾ ਨਾ ਕਰੋ ਨਾ ਮਾੜਾ ਪੱਪੂ ਕਰਦਾ ਪਾਠ ਮੈਂ ਕਰਦਾ ਬਈ ਮੈਂ ਡੇਲੀ ਪਾਠ ਕਰਦਾ ਜਪਜੀ ਸਾਹਿਬ ਦਾ ਪਾਠ ਕਰਦਾ ਅਤੇ ਆਪਣੇ ਗੁਰਦੁਆਰਾ ਸਾਹਿਬ ਗੁਰੂ ਘਟਾ ਵੀ ਹੁਣ ਵਿੱਚ ਦੀ ਕਈ ਕਈ ਵਾਰ ਹੁੰਦਾ ਬਈ ਜਾ ਵਿੜਦਾ ਲਗਾਤਾਰ ਹੈ ਨਾ ਕਈ ਵਾਰੀ ਵੀ ਨਹੀਂ ਜਾਇਆ ਜਾਂਦਾ ਅਤੇ ਨਹੀਂ ਵਾਹਿਗੁਰੂ ਦਾ ਲੜ ਨਹੀਂ ਛੱਡਿਆ ਆਪਾਂ ਹਾਂਜੀ ਪੱਪੂ ਹੋਰ ਮਾਨ ਸਨਮਾਨਾਂ ਦੀ ਗੱਲ ਕਰੀਏ ਮਾਨ ਸਨਮਾਨ ਕਿੰਨੇ ਕੁ ਹੋਏ ਆ ਮਾਨ ਸਨਮਾਨ ਬਈ ਜੀ ਉਹਨਾਂ ਦੇ ਹੁੰਦੇ ਆ ਜਿਹੜੇ ਤੌਲੀਆ ਰੱਖਦੇ ਜੱਗ ਰੱਖਦੇ ਆ ਤੌਲੀਆ ਜੱਗ ਕਿਵੇਂ ਮੈਂ ਗੱਲ ਨਹੀਂ ਸਮਝਿਆ ਪੱਪੂ ਗੱਲ ਗੋਲ ਜੀ ਕਰ ਗਿਆ ਬਾਈ ਤੌਲੀਆ ਵੀ ਛਿੱਟੇ ਮਾਰਨੇ ਕਿਸੇ ਦੇ ਵਿੱਚ 24 ਘੰਟੇ ਫੋਨ ਹੀ ਲਾਈ ਰੱਖੋ ਜਾਂ ਬਾਈ ਬਾਈ ਫੋਟੋਆਂ ਪਾਈ ਚਲੋ ਫਲਾਨਾ ਬਾਈ ਝੌਂਕਾ ਬਾਈ ਹੈ ਨਾ ਉਹਨੇ ਜ਼ਿਆਦਾ ਹੁੰਦਾ ਹੁਣ ਜਿਹੜੇ ਬੰਦੇ ਨੇ ਕਬੱਡੀ ਖੇਡੀ ਵੀ ਨਹੀਂ ਦੋ ਤਿੰਨ ਸਾਲਾਂ ਦੇ ਵਿੱਚ ਉਹੀ ਇੰਨੇ ਕੁ ਮਾਣ ਸਨਮਾਨ ਲੈ ਗਏ ਕਿ ਹੁਣ ਚਲੋ ਆਪਣਾ ਤਾਂ 10-12 ਸਾਲ ਖੇਡਦੇ ਨੂੰ ਵੀ ਹੋ ਗਏ ਠੀਕ ਆ ਅਤੇ ਉਹ ਵੀ ਇੰਨੇ ਕੁ ਮਾਣ ਸਨਮਾਨ ਲੈ ਗਿਆ 2 ਸਾਲਾਂ ਦੇ ਵਿੱਚ ਹੀ ਕਿ ਕੋਈ ਬੰਦਾ ਪੁੱਛ ਨਹੀਂ ਸਕਦਾ ਪੇਜ ਬਣਾ ਕੇ ਲੈ ਲਓ ਰੈਫਰੀ ਕਹਿ ਲਓ ਕੋਈ ਪਲੇਅਰ ਕਹਿ ਦਿਓ ਹੈ ਨਾ ਉਹ ਜਿਹੇ ਬਾਈ ਬੀ ਕਹਿ ਕੇ ਪਰ ਆਦਤ ਨਹੀਂ ਹੈਗੀ ਆਪਣਾ ਜੇ ਆਪਾਂ ਕਹਿੰਦੇ ਹਾਂ ਬਈ ਠੀਕ ਆ ਬੰਦਾ 1-2 ਬੰਦੇ ਹੈਗੇ ਆਪਣੇ ਵੀ ਲਿੰਕ ਦੇ ਵਿੱਚ ਬਈ ਅਨੋਖ ਢਿੱਲੋ ਆ ਬੰਦਾ ਬਹੁਤ ਕਰਦਾ ਆਪਣਾ ਉਹ ਬੰਦੇ ਭਾਵੇਂ ਪੈਠ ਸੌਂਦੀ ਹੋਏ ਹੈ ਨਾ ਅਤੇ ਜਦੋਂ ਵੀ ਕੋਈ ਕੰਮ ਹੁੰਦਾ ਬਾਈ ਨੂੰ ਫੋਨ ਕਰੇਦਾ
ਬਈ ਜ਼ਰੂਰ ਨਾਲ ਖੜਦਾ ਕਿਉਂਕਿ ਉਹ ਹੀ ਦੋ ਤਿੰਨ ਟੂਰਨਾਮੈਂਟ ਹੋਏ ਜਿਹੜੇ ਆਪਣੇ ਪਿੰਡ ਬਾਈ ਨੇ ਸਨਮਾਨ ਕੀਤਾ ਆਪਣਾ ਅਤੇ ਇੱਕ ਮੁੰਡਾ ਗਿਆ ਹੋਇਆ ਆਪਣਾ ਹੁਣ ਬੋਹੜ ਆ ਪਿੰਡ ਬਰਾੜ ਅਤੇ ਉਹ ਬੰਦਾ ਆਪਣੇ ਨਾਲ ਖੜਾ ਉਹਦੇ ਕਰਕੇ ਮੈਂ ਦੁਬਾਰੇ ਕਬੱਡੀ ਖੇਡਣ ਲੱਗਾ ਧੌਣ 'ਤੇ ਵੀ ਲਿਖਿਆ ਨਾ ਮੇਲਾ ਦਾ ਬੋਹੜ ਇਹ ਨਾਂ ਲਿਖਿਆ ਹੋਇਆ ਬੋਹੜ ਬਰਾੜ ਆ ਇਹ ਬੰਦੇ ਕਰਕੇ ਮੈਂ ਦੁਬਾਰੇ ਕਬੱਡੀ ਖੇਡਣ ਲੱਗਾ ਇਹਨੇ ਹੌਸਲਾ ਦਿੱਤਾ ਆਪਾਂ ਨੂੰ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਇਹ ਕਹਿ ਦੇਗੇ ਨਾ ਭਰਾ ਵਾਲੀ ਗੱਲ ਕਿੱਥੇ ਭਰਾ ਇਹ ਉਹ ਭਰਾਵਾਂ 'ਚ ਆਉਂਦਾ ਇਹ ਬੰਦਾ ਪੱਪੂ ਇੱਕ ਇੱਧਰ ਟੈਟੂ ਹੋਰ ਬਣਿਆ ਕੀ ਲਿਖਿਆ ਮਨੀ ਲਿਖਿਆ ਯਾਰ ਸੀਗਾ ਮਨੀ ਸੀਗਾ ਜੈਤੋ ਵਾਲਾ ਮੁੰਡਾ ਇੱਥੇ ਸ਼ਾਮ ਨੂੰ ਪ੍ਰੈਕਟਿਸ ਕਰ ਰਹੇ ਸੀ ਉਦੋਂ ਅਤੇ ਉਹਦੇ ਨਾਲ ਰਾਹ 'ਚ ਹੈਪਨ ਹੋ ਗਿਆ ਸੀਗਾ ਗੋਲੀ ਵੱਜ ਗਈ ਸੀ ਪਤਾ ਹੀ ਹੋਣਾ ਤੁਹਾਨੂੰ ਅਤੇ ਉਹ ਵੀ ਭਰਾ ਹੀ ਸੀਗਾ ਆਪਣਾ ਅੱਜ ਵੀ ਭਰਾ ਅਤੇ ਪਹਿਲਾਂ ਵੀ ਭਰਾ ਹੀ ਸੀਗਾ ਉਹ ਬੰਦੇ ਦੀ ਜੀ ਜਾਨ ਮੇਰੇ ਹੱਥਾਂ ਦੇ ਵਿੱਚ ਨਿਕਲੀ ਹੋਈ ਆ ਸ਼ਾਮ ਦੇ 3:30 ਦਾ ਸਮਾਂ ਹੋਊਗਾ ਉਦੋਂ ਮੈਂ ਕੋਲ ਸੀਗਾ ਇੱਕ ਮੁੰਡਾ ਸਾਈਜ ਉਦੋਂ ਸੀਗਾ ਅਸੀਂ ਦੋਵੇਂ ਬੈਠੇ ਹੋਏ ਸੀਗੇ ਅਤੇ ਉਹਦੇ ਨਾਲ ਟਾਈਮ ਦੇ ਵਿੱਚ ਬੰਦੇ ਦੇ ਉਹਦੇ ਹੱਥਾਂ ਜਾਨ ਨਿਕਲੀ ਹੋਈ ਆ ਬਸ ਉਦੋਂ ਦਾ ਦਿਲ ਇੰਨਾ ਕੁ ਕਰੜਾ ਕਰ ਲਿਆ ਵੀ ਜੋ ਹੁੰਦਾ ਦੇਖੀ ਜੋ ਜ਼ਿੰਦਗੀ ਦੇ ਵਿੱਚ ਹਾਂਜੀ ਕਿੰਨੇ ਮਿੰਟਾਂ ਦੀ ਹੋਰ ਕੋਈ ਤਜਰਬਾ ਹੋਰ ਕੋਈ ਗਰਾਊਂਡ ਦੀ ਗੱਲਬਾਤ ਗਰਾਊਂਡ ਦੀ ਗੱਲਬਾਤ ਇਹੀ ਹੁੰਦੀ ਵੀ ਇਸ ਵਾਰ ਜਿਹੜਾ ਬੰਦਾ ਮਿਹਨਤ ਲਾ ਕੇ ਕਾਮਯਾਬ ਹੋ ਜੂਗਾ ਠੀਕ ਆ ਉਹੀ ਹੋਊਗਾ ਹੁਣ ਮੈਨੂੰ ਫਿਰ ਗੱਲ ਉੱਥੇ ਆ ਜਾਂਦੀ ਆ ਛਿੱਟੇ ਵਾਲਿਆਂ 'ਤੇ ਵੀ ਕਹਿ ਲਓ ਨਵੇਂ ਮੁੰਡਿਆਂ 'ਤੇ ਵੀ ਕਹਿ ਲਓ ਠੀਕ ਆ ਬਈ ਸਾਨੂੰ ਸਮਾਨ ਦੱਸ ਰਹੇ ਹੈ ਨਾ ਸਮਾਨ ਸਮੂਨ ਵਾਲੀਆਂ ਗੱਲਾਂ ਤਾਂ ਬਾਅਦ 'ਚ ਆ ਬਈ ਪਹਿਲਾਂ ਕਿਹੜਾ ਸਮਾਨ ਕਹਿੰਦੇ ਆ ਯਾਰ ਹੁਣ ਕਈਆਂ ਨੇ ਇਹ ਪੁੱਛਣਾ ਵੀ ਪਤਾ ਨਹੀਂ ਕਿਹੜੇ ਸਮਾਨ ਦੀ ਗੱਲ ਕਰਕੇ ਸਮਾਨ ਬਈ ਹੁਣ ਸਟੀਰੋਇਡ ਕਹਿ ਲਓ ਵੀ ਜਾਂ ਗੇਂਦਰ ਕਹਿ ਲਓ ਵੀ ਸਾਨੂੰ ਦੱਸ ਦਿਓ ਹੈ ਨਾ ਵੀ ਅਸੀਂ ਭਾਰ ਵਧਾਉਣਾ ਅਸੀਂ ਐਂ ਹੋਣਾ ਅਤੇ ਚਲੋ ਖਾਧੇ ਆਪਾਂ ਵੀ ਆ ਠੀਕ ਹੈ ਇੱਕ ਮੈਂ ਜ਼ਿੰਦਗੀ ਦੇ ਵਿੱਚ ਇੱਕ ਖਾਣੇ ਦੋ ਵਾਰੀ ਖਾਧਾ ਖਾਣਾ ਵੀ ਪੈਂਦਾ ਬੰਦੇ ਨੂੰ ਖਾਣਾ ਠੀਕ ਆ ਵਧੀਆ ਲੈ ਕੇ ਖਾਓ ਆਪਦਾ ਕਿਸੇ ਨੂੰ ਕਿਸੇ ਨੇ ਗੱਲਾਂ ਚਾਹ ਕੇ ਨਾ ਖਾਓ ਵੀ 1000-2000 ਦਾ ਹੈ ਨਾ ਕੋਈ ਚੰਗੀ ਕੁਆਲਿਟੀ ਦੀ ਚੀਜ਼ ਲੈ ਕੇ ਖਾਓ ਰੀਜਨਲ ਖਾਓ ਦੇਸੀ ਨਾ ਖਾਓ ਵੀ ਹੁਣ ਜਾਂ ਮੈਂ ਘਰ ਬੈਠਾ ਵਿੱਚ ਹੀ ਜਾਂਦਾ ਯਾਰ ਤੂੰ ਮੇਰੇ ਤੋਂ ਲਾਇਆ ਕੋਈ ਚੱਕਰ ਨਹੀਂ ਹੈਗਾ ਉਹ ਚੀਜ਼ ਦਾ ਸਾਈਡ ਇਫੈਕਟ ਪੈਂਦਾ ਬਹੁਤ ਜ਼ਿਆਦਾ ਬਾਕੀ ਬਈ ਗਰਾਊਂਡ ਦੀਆਂ ਗੱਲਾਂ ਤਾਂ ਇਹ ਸ਼ੁਰੂ ਤੋਂ ਹੁਣ ਤਾਂ ਗਰਾਊਂਡ ਨਹੀਂ ਜੁੜੇ ਹਾਂ ਠੀਕ ਆ ਅਤੇ ਬਾਬੇ ਦੀ ਕਿਰਪਾ ਦੇ ਨਾਲ ਮਿਹਨਤ ਕਰਦੇ ਹਾਂ ਆਪਦੀ ਅਤੇ ਤਜਰਬਾ ਇਹੀ ਆ ਵੀ ਮਿਹਨਤ ਜਿਹੜਾ ਬੰਦਾ ਮਿਹਨਤ ਕਰ ਗਿਆ ਸਵੇਰੇ ਸ਼ਾਮ ਸਰੀਰ ਤੋਂ ਤਾਂ ਧੱਕਾ ਕਰਕੇ ਉਹੀ ਆ ਜੇ ਆਪਾਂ ਗਰਾਊਂਡ ਵੀ ਆ ਜਾਂਦੇ ਹਾਂ ਹੁਣ ਇੱਥੇ ਕਈ ਮੁੰਡੇ ਵੇਹਣੇ ਆਪਾਂ ਇੱਥੇ ਆ ਕੇ ਜ਼ੋਰ ਨਹੀਂ ਮਾਰਦੇ ਘਰੋਂ ਆ ਜਾਣਗੇ ਜਾਂ ਘਰਦਿਆਂ ਤੋਂ ਪੈਸੇ ਲੈ ਕੇ ਖਾਈ ਜਾਣਗੇ ਠੀਕ ਆ ਜਾਂ ਉੱਥੇ ਜੈਤ ਤੋਂ ਕਾਲਜ ਮੂਹਰੇ ਫਿਰਦੇ ਹੁੰਦੇ ਆ ਵੀ ਪੈਸੇ ਦੇ ਦਿਓ ਅਸੀਂ ਕਬੱਡੀ ਖੇਡਦੇ ਹਾਂ ਅਸੀਂ ਖੁਰਾਕ ਲਿਆਉਣੀ ਹੈ ਨਾ ਉਹ ਗੱਲ ਨਹੀਂ ਜੇ ਗਰਾਊਂਡ ਤੁਸੀਂ ਆਏ ਹਾਂ ਦੋ ਟਾਈਮ ਤਾਂ ਦਿਲੋਂ ਜ਼ੋਰ ਮਾਰੋ ਨਹੀਂ ਫਿਰ ਐਵੇਂ ਕਿਉਂ ਕਰਦੇ ਦਿਹਾੜੀ ਵੀ ਖਰਾਬ ਕਰਦੇ ਸਵੇਰੇ ਉੱਠਦੇ ਨੀਂਦ ਖਰਾਬ ਕਰਦੇ ਹਾਂ ਸ਼ਾਮ ਨੂੰ ਫਿਰ ਗਰਮੀ 'ਚ ਮਰਦੇ ਹਾਂ ਨਾ ਕਿਹੜਾ ਤੁਹਾਡੇ ਕਿਰਪਾਨ ਧਰੇ ਕਿਸੇ ਨੇ ਸਿਰ ਗੱਲ 'ਤੇ ਠੀਕ ਹੈ ਜੇ ਲਾਉਣੀ ਹੈ ਮਿਹਨਤ ਤਾਂ ਦਿਲੋਂ ਲਾਓ ਨਹੀਂ ਐਵੇਂ ਕੋਈ ਫਾਇਦਾ ਨਹੀਂ ਹੈਗਾ ਟਾਈਮ ਪਾਸ ਕਰਨ ਦਾ ਹਾਂ ਤਾਂ ਦੋਸਤੋ ਇਹ ਸੀ ਬਾਈ ਪੱਪੂ ਮੱਤਾ ਜਿਹਦੇ ਨਾਲ ਤੁਸੀਂ ਗੱਲਬਾਤ ਸੁਣੀ ਜਿਹਦੀ ਗੱਲਬਾਤ ਸੁਣੀ ਬਾਈ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਇਸ ਵੀਡੀਓ ਦਾ ਮਕਸਦ ਇਹ ਸੀ ਵੀ ਪਲੇਅਰਾਂ ਦੀ ਜ਼ਿੰਦਗੀ ਦਿਖਾਈ ਜਾਵੇ ਪੱਪੂ ਦਾ ਤਜਰਬਾ ਦਿਖਾਇਆ ਜਾਵੇ ਜੋ ਲੰਮਾ ਸਮਾਂ ਇਹਨਾਂ ਗਰਾਊਂਡਾਂ ਦੇ ਵਿੱਚ ਖੜਿਆ ਸਤਿ ਸ਼੍ਰੀ ਅਕਾਲ ਜੀ